ਮਿਲਣ ਵਰਤਣ ਆਪਸ ਚ ਹੈ ਸੀ, ਸ਼ਾਦੀ ਵਿਆਹਾਂ ਦੀ ਆਉਣ ਚ ਲੈਣ ਦੇਣ ਆਪਸ ਚ? ਹਾਂ ਬਿਲਕੁਲ, ਗਰੀਬ ਆਦਮੀ ਦੀ ਅੰਦਾਜ਼ ਵੀ ਕਰਦੇ ਸਨ, ਸ਼ਾਦੀਆਂ ਤੇ ਉਹਦੇ ਜਾਂਦੇ ਸਨ, ਸਾਨੂੰ ਬੁਲਾਉਂਦੇ ਸਨ, ਅਸੀਂ ਵੀ ਜਾਂਦੇ ਸਨ ਸ਼ਾਦੀਆਂ ਇੰਡੀਆਂ ਤੇ। ਲੇਕਿਨ ਖਾਣਾ ਪੀਣਾ ਦੇ ਕੋਈ ਲੋਕੀ ਖਾ ਲੈਂਦੇ ਉਹਨਾਂ ਨੇ ਘਰ ਦਾ, ਹਾਂਜੀ ਅਸੀਂ ਆਪਣੀ ਗੱਲ ਕਰਦੇ ਹਾਂ, ਅਸੀਂ ਭਾਵੇਂ ਕਿਹੜਾ ਵੱਡਾ ਹੁੰਦਾ ਸੀ ਨਾ, ਅਸੀਂ ਨਹੀਂ ਸਾ ਖਾਂਦੇ ਹੁੰਦੇ। ਜਿਹੜੀ ਮਿਸਰੀ ਬਰਾਦਰੀ ਹੈ, ਮਿਸਰੀ ਮੁਗਲ ਬਰਾਦਰੀ ਵਿੱਚੋਂ ਕੋਈ ਹੈ ਸਨ ਬੰਦੇ ਖਾ ਪੀ ਚੱਲਦੇ ਹਨ, ਨਾ ਭਗਤਾਂ ਦੇ ਘਰ ਦਾ, ਨਾ ਮਤਲਬ ਸਿੱਖਾਂ ਦੇ ਘਰ ਦਾ, ਨਾ ਬ੍ਰਾਹਮਣਾਂ ਦੇ ਘਰ ਦਾ, ਬ੍ਰਾਹਮਣ ਬਥੇਰੇ ਸਨ ਇੱਥੇ। ਗੁਰਦੁਆਰੇ ਕਿੰਨੇ ਸਨ ਗੁਰਦੁਆਰੇ? ਹਾਂਜੀ ਇੱਕ ਤਾਂ ਇਹ ਜਿੱਥੇ ਆ ਮਸਜਿਦ ਬਣੀ ਹੋਈ ਹੈ, ਉਹ ਗੁਰਦੁਆਰੇ ਵਾਲੀ ਜਗ੍ਹਾ ਮਸਜਿਦ ਬਣੀ ਹੋਈ ਹੈ। ਅੱਗੇ ਇੱਕ ਸਕੂਲ ਦੇ ਨਾਲ ਸੀ ਦੋ, ਇੱਕ ਸਾਹਿਬ ਨਹੀਂ ਬਿਹਾਰੀ ਲਾਲ ਦੀ ਬਿਜਲੀ ਦੇ ਕੋਲ, ਤਿੰਨ ਇੱਕ ਵੀ ਗੁਰਦੁਆਰਾ ਸੀ, ਚਾਰ ਹੀ ਸਨ ਸਿੰਘ। ਲੋਕ ਇਤਫਾਕ ਨਾਲ ਰਹਿੰਦੇ ਸਨ, ਗੁਰਬਤ ਹੀ ਗੁਰਬਤ ਸੀ, ਇਤਫਾਕ ਨਾਲ ਰਹਿੰਦੇ ਸਨ ਲੋਕ, ਇੱਕ ਦੂਜੇ ਦੇ ਹਮਦਰ ਸਨ, ਕੋਈ ਕਿਸੇ ਨਾਲ ਵੈਰ ਨਹੀਂ ਸੀ। ਇਹ ਹੁਣ ਜਿਹੜਾ ਵਕਤ ਆ ਗਿਆ, ਹੁਣ ਮੇਰਾ ਹਸਦ ਹੀ ਹਸਦ ਹੈ, ਇੱਕ ਦੂਜੇ ਵੱਲ ਵੇਖ ਕੇ ਤੇ ਦੁੱਖ ਕਰਨੇ ਆ, ਜੇ ਭਰਾ ਤੇ ਭਰਾ ਦਾ ਦੁਸ਼ਮਣ ਬਣਿਆ ਜਾਵੇ, ਹੁਣ ਵਕਤ ਉਹ ਆ ਗਿਆ। ਬਾਬਾ ਜੀ ਸ਼ਰਮਾ ਹਜ਼ਾ ਕਿਵੇਂ ਦੀ ਹੁੰਦੀ? ਸ਼ਰਮਾ ਹਜ਼ਾ ਇਸੇ ਤਰ੍ਹਾਂ ਦੀ ਸੀ ਵੀ ਕਿਸੇ ਦੇ ਵੱਲ ਕੋਈ ਵੇਖਦਾ ਨਹੀਂ ਸੀ। ਔਰਤਾਂ ਨੇ ਉਹਨਾਂ ਨੇ ਕੋਨੇ ਇੱਥੋਂ ਤੱਕ ਰੋਂਦੇ ਸਨ, ਉਹਨਾਂ ਨੇ ਕਈ ਮਤਲਬ ਇਹ ਤੇ ਕਿਸੇ ਨੇ ਸ਼ਕਲ ਵੇਖਣੀ ਵੀ ਨਹੀਂ। ਦੂਸਰੇ ਨੰਬਰ 'ਤੇ ਹੈ ਕਿ ਬਾਹਰ ਨਹੀਂ ਸੀ ਜਾਣਾ ਹੁੰਦਾ, ਜੇ ਗਈਆਂ ਵੀ ਨੇ ਤਾਂ ਉਹਨਾਂ ਨੇ ਘੁੰਡ ਕੱਢੇ ਹੋਏ ਨੇ, ਜੇ ਕੋਈ ਆ ਵੀ ਗਿਆ ਵੀ ਅੱਗੋਂ ਸਾਰੇ ਆ ਜਾਂਦੇ ਨੇ, ਉਹਨਾਂ ਨੇ ਚਿਹਰਾ ਨਹੀਂ ਵੇਖਣਾ ਕਿਸੇ ਨੇ, ਉਹਨਾਂ ਆਪਣੇ ਘੁੰਡ ਕੱਢੇ ਹੋਏ ਨੇ ਤੇ ਆਪਣਾ ਕੰਮ ਕਰੀ ਪਈ ਜਾਂਦੇ। ਸ਼ਰਮ ਹਜ਼ਾ ਸੀ, ਹੁਣ ਬੇਹਜਾਈ ਹੈ, ਹੁਣ ਕੁਛ ਨਹੀਂ। ਹਾਂਜੀ ਬਿਹਾਰੀ ਲਾਲ, ਬਾਲੀ ਲਾਲ, ਦੇਸ ਰਾਮ, ਪ੍ਰਕਾਸ਼, ਮੰਗਲ, ਸਹੀ ਹੋਰ। ਹਾਂਜੀ ਹਾਂਜੀ ਸਿੱਖਾਂ ਦੇ ਹੋਰ ਕੋਈ ਨਾਂ ਦੱਸੋ, ਸਿੱਖਾਂ ਦੇ ਨਾਮ ਸੁਣ ਲਓ। ਹਾਂਜੀ ਥਾਂਦਰ ਫੂਲਾ ਸਿੰਘ, ਬਾਊ ਬਰੀਆਮ ਸਿੰਘ, ਡਾਕਟਰ ਪਿਆਰਾ ਸਿੰਘ, ਹੋਰ ਮਤਲਬ ਕਿੰਨੇ ਕਿੰਨੇ ਸਿੰਘਾਂ ਨੇ, ਕਿੰਨੇ ਯਾਦ ਨੇ ਤੁਹਾਨੂੰ ਦੱਸ? ਅੱਗੇ ਸੂਬੇਦਾਰ ਸ਼ਰਮ ਸਿੰਘ, ਤੇਜਾ ਸਿੰਘ ਇੰਜੀਨੀਅਰ, ਹਾਂਜੀ ਬਥੇਰੇ ਸਾਰਾ ਪਿੰਡ ਸਿੱਖਾਂ ਦਾ ਸੀ। ਅਸਲਾਮੁ ਅਲੈਕਮ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਵੀਰ ਮੁਹੰਮਦ ਤਨਵੀਰ, ਪਿੰਡ ਨਾਜ਼ਰੀਨ, ਸੀਓਵਾਲ, ਤਹਿਸੀਲ ਪਸਰੋਰ, ਜ਼ਿਲ੍ਹਾ ਸਿਆਲਕੋਟ। 1947 ਤੋਂ ਪਹਿਲਾਂ ਇਸ ਪਿੰਡ ਦੀਆਂ 9 ਪੱਤੀਆਂ ਸਨ, ਬੜਾ ਤਗੜਾ ਪਿੰਡ ਸੀ, 5 ਸਿੱਖ ਨੰਬਰਦਾਰ ਸਨ ਅਤੇ 4 ਮੁਸਲਮਾਨ ਨੰਬਰਦਾਰ ਸਨ। ਜਿਸ ਬਾਬੇ ਦਾ ਅਸੀਂ ਇੰਟਰਵਿਊ ਕੀਤਾ ਉਹ ਇਸੇ ਪਿੰਡ ਦਾ ਵਸਨੀਕ ਹੈ, ਅਤੇ ਉਸ ਟਾਈਮ ਉਹਦੀ ਉਮਰ ਇਸ ਬਾਬੇ ਦੀ 18-20 ਸਾਲ ਸੀ। ਬਾਬੇ ਨੂੰ ਸਾਰੇ ਪਿੰਡ ਦੇ ਸਿੱਖਾਂ ਦੇ ਨਾਵਾਂ ਦਾ ਪਤਾ ਹੈ, ਉਹਨਾਂ ਦੇ ਕਾਰੋਬਾਰ ਦਾ ਪਤਾ ਹੈ, ਕੰਮ ਕਾਰ ਕੀ ਕਰਦੇ ਸਨ, ਹਿੰਦੂ, ਖੱਤਰੀ, ਬ੍ਰਾਹਮਣ, ਜਿੰਨੇ ਵੀ, ਸਾਰੇ ਬਹੁਤ ਜ਼ਿਆਦਾ ਨੌਲੇਜ ਬਾਬਾ ਨੂੰ, ਬਹੁਤ ਸਾਰਾ ਕੁਝ ਯਾਦ ਹੈ। ਆਓ ਬਾਬਿਆਂ ਨਾਲ ਗੱਲਬਾਤ ਕਰਨੀ, ਪਿੰਡ ਚੱਲਨੇ ਆ ਜੀ। ਆਪਣੀ ਬਰਾਦਰੀ ਕਿਹੜੀ ਬਾਬਾ? ਮੁਗਲ ਬਰਾਦਰੀ। ਮੁਗਲ ਜੀ? ਅੱਛਾ ਜੀ, ਇੱਥੇ ਵਸਨੀਕ ਹੋ ਜੀ, ਇਸੇ ਪਿੰਡ ਦੇ ਹੋ ਵਸਨੀਕ ਸ਼ੁਰੂ ਤੋਂ? ਬਿਲਕੁਲ ਇਸੇ ਪਿੰਡ ਦੇ ਰਹਿਣ ਵਾਲੇ ਹਾਂ, ਕਦੀਮੀ ਰਹਿਣ ਵਾਲੇ ਹਾਂ। ਅੱਛਾ ਬਜ਼ੁਰਗੋ, ਤੋਂ ਕਿੱਡੇ ਕੁ ਤੁਸੀਂ ਜਾੜਾ ਹੋਇਆ ਜਦੋਂ? ਜਦੋਂ ਆ ਜਾੜਾ ਹੋਇਆ, ਵੰਡ ਹੋਈ, ਕਿੱਡੇ ਕੁ ਸੋ ਪਹਿਲਾਂ ਤੁਸੀਂ? ਮੈਂ ਜਵਾਨ ਸਾਂ ਉਦੋਂ, 17-18 ਸਾਲ ਦੇ ਆਇਆ ਸੀ। ਪੂਰੀ ਤਰ੍ਹਾਂ ਵਾਕ ਸੀ ਉਹਨਾਂ ਦੇ, ਜਿੱਥੇ ਆਉਂਦੇ ਰਹਿਣ ਨਾ, ਜਦੋਂ ਮਤਲਬ ਉਧਰੋਂ ਕਾਬ ਜਿੱਥੇ ਜਦੋਂ ਉਧਰ ਉਧਰ ਹੀ ਗਏ ਆਏ ਨੇ। ਹਾਂਜੀ ਹਾਂਜੀ,
ਉੱਥੇ ਜਿੱਥੇ ਕਿਤੇ ਉਹਨਾਂ ਦਾ ਜਥਾ ਆਉਂਦਾ ਰਿਹਾ ਉੱਥੇ ਨਾਲ ਜਾਂਦੇ ਰਹੇ ਜਾਂ ਡਾਂਗਾਂ ਭਰ ਕੇ। ਜਿੱਥੇ ਬੈਠੇ ਆ ਪਿੰਡ ਕਿਹੜਾ? ਸਿਓਵਾਲ ਕਾਲਮਾ। ਸਿਓਵਾਲ ਕਾਲਮਾ। ਇਹਦੇ ਆਲੇ ਦੁਆਲੇ ਦੋ ਤਿੰਨ ਪਿੰਡ ਦੱਸ ਦਿਓ ਕਿਹੜਾ ਕਿਹੜਾ। ਨਵਾਂ ਲਿਖੋ ਜਿੰਨੇ ਨਿਸ਼ਲੇ। ਹਾਂਜੀ ਆਥਰੋ ਕੋਰਲੀ ਸਹੀਦਾ। ਹਾਂਜੀ ਧੌਲ ਸ਼ਹਿਜ਼ਾਦਾ। ਹਾਂ ਡੁਗਰੀ ਥਿਰੋ ਮੰਡੀ ਥਿਰੋ। ਕਿੰਨੇ ਕੁ ਦੱਸੀ ਜਾਵਾਂਗੇ? ਬੜੇ ਨੇ ਬੜੇ ਨੇ ਹੈਂ ਬੜੇ ਨੇ। ਇਹਨੇ ਆਪਣੀ ਤਹਿਸੀਲ ਕਿਹੜੀ ਬਜ਼ੁਰਗੋ? ਤਹਿਸੀਲ ਪਸਰੂਰ। ਤੇ ਜ਼ਿਲ੍ਹਾ? ਸਿਆਲਕੋਟ। ਜ਼ਿਲ੍ਹਾ ਸਿਆਲਕੋਟ। ਅੱਛਾ ਬਜ਼ੁਰਗੋ, 47 ਟਾਈਮ ਇੱਥੇ ਨੰਬਰਦਾਰ ਕਿੰਨੇ ਸਨ ਇੱਥੇ? ਹਾਂਜੀ ਨੌ ਨੰਬਰਦਾਰ। ਨੰਬਰਦਾਰਾਂ ਦਾ ਨਾਂ ਯਾਦ ਨੇ ਜੀ? ਹੈਂ ਕੋ ਨੰਬਰਦਾਰ ਕਿਹੜੇ ਕਿਹੜੇ ਸਨ? ਨਾਂ ਯਾਦ ਨੰਬਰਦਾਰ ਦੇ ਬਥੇਰੇ ਸਨ ਇੱਥੇ, ਨਾਂ ਯਾਦ ਨੇ ਮੈਂ ਕਿਸੇ ਦਾ। ਕਿਹਨੇ ਸਿੱਖਾਂ ਦੇ ਲਿਖਣਾ ਕਿ ਮੁਸਲਮਾਨਾਂ ਦੇ? ਦੋਵੇਂ ਦੱਸ ਦਿਓ, ਆਪਣੇ ਮੁਸਲਮਾਨਾਂ ਦੇ ਵੀ ਸਿੱਖਾਂ ਦੇ ਵੀ। ਹੈਂ ਜਿਹੜੇ ਨਾਂ ਯਾਦ ਨੇ ਉਹ ਦੱਸ ਦਿਓ, ਮੁਸਲਮਾਨਾਂ ਦੇ ਵੀ ਸਿੱਖਾਂ ਦੇ ਵੀ। ਮੁਸਲਮਾਨਾਂ ਦੇ ਵਿੱਚ ਥੋੜੇ ਸਨ, ਇੱਕ ਦਾ ਨਾਂ ਅੱਲਾ ਰੱਖਾ। ਹਾਂਜੀ ਨੰਬਰਦਾਰ। ਇੱਕ ਦਾ ਨਾਂ ਉਹਨੂੰ ਬੁੱਢਾ ਆਉਂਦੇ ਸਾਂ। ਅੱਛਾ ਅੱਛਾ ਉਹ ਨੰਬਰਦਾਰ। ਅੱਗੇ ਫਿਰ ਆ ਗਿਆ, ਮਤਲਬ ਬੇਬੇ ਹੁਣ ਉਹਨੂੰ ਅਸੀਂ ਆਉਂਦੇ ਸਾਂ ਬਾਬਾ, ਉਹਨੂੰ ਮਲੂਕੀਆ ਆਉਂਦੇ ਹੁੰਦੇ ਸਾਰੀ ਮਲੂਕੀਆ, ਉਹ ਵੀ ਨੰਬਰਦਾਰ ਸੀ। ਬਾਕੀ ਸਿੱਖ ਵੀ ਨੰਬਰਦਾਰ ਸਨ, ਸਿੱਖਾਂ ਨੂੰ ਸਿੱਖ ਬਾਕੀ ਸਾਰੇ ਸਿੱਖ ਨੰਬਰਦਾਰ ਸਨ। ਅੱਛਾ ਅੱਛਾ ਹਿੰਦੂ ਖੱਤਰੀ ਵੀ ਆ ਸਾਂ? ਹੈਂ ਹਿੰਦੂ ਖੱਤਰੀ ਵੀ ਆ ਸਾਂ? ਹਿੰਦੂ ਖੱਤਰੀ ਬੜੇ ਉਹ ਨਾਂ ਦੱਸੋ ਹਿੰਦੂਆਂ ਦੇ। ਹਾਂਜੀ ਬਿਹਾਰੀ ਲਾਲ, ਬਾਲੀ ਲਾਲ, ਦੇਸ ਰਾਮ, ਪ੍ਰਕਾਸ਼, ਮੰਗਲ ਲਿਖ ਲਓ ਹੋਰ। ਹਾਂਜੀ ਹਾਂਜੀ ਸਿੱਖਾਂ ਦੇ ਹੋਰ ਕੋਈ ਨਾਂ ਦੱਸੋ? ਸਿੱਖਾਂ ਦੇ ਨਾਮ ਸੁਣ ਲਓ। ਹਾਂਜੀ ਥਾਂਦਰ ਫੂਲਾ ਸਿੰਘ, ਬਾਬੂ ਵਰਿਆਮ ਸਿੰਘ, ਡਾਕਟਰ ਪਿਆਰਾ ਸਿੰਘ, ਹੋਰ ਮਤਲਬ ਕਿੰਨੇ ਕੁ ਦੱਸਣਾ ਨੇ? ਕਿੰਨੇ ਯਾਦ ਨੇ ਤੁਹਾਨੂੰ ਦੱਸ? ਅੱਗੇ ਸੂਬੇਦਾਰ ਸ਼ਰਮ ਸਿੰਘ, ਤੇਜਾ ਸਿੰਘ ਇੰਜੀਨੀਅਰ। ਹਾਂਜੀ ਬਥੇਰੇ ਸਾਰਾ ਪਿੰਡ ਸਿੱਖਾਂ ਦਾ ਸੀ। ਅੱਛਾ ਅੱਛਾ ਸਹੀ। ਉਦੋਂ ਮਸੀਤਾਂ ਆਪਣੀਆਂ ਕਿੰਨੀਆਂ ਸਨ ਉਸ ਟਾਈਮ? ਉਸ ਵਕਤ ਮਸੀਤਾਂ ਸਾਡੇ ਕੋਲ ਸਨ ਉਸ ਵਕਤ ਤਕਰੀਬਨ 4 ਹੀ ਮਸਜਿਦਾਂ ਸਨ ਤਕਰੀਬਨ, ਉਹ ਵੀ ਮੈਂ ਗਿਣਨਾ ਸ਼ਾਇਦ ਬਾਅਦ ਚ ਬਣੀ ਹੋਈ ਜੱਟਾਂ ਵਾਲੀ। ਨਹੀਂ ਤੇ ਉਦੋਂ ਇੱਕ ਦਾਇਰੇ ਵਾਲੀ ਸੀ, 4 ਮਸਜਿਦਾਂ ਹਨ, ਇੱਕ ਦਾਇਰੇ ਵਾਲੀ, ਇੱਕ ਆਪਣੀ ਜਾਮੇ ਮਸਜਿਦ ਤੇ ਇੱਕ ਮੌਲਵੀ ਨਿਆਮਤ ਵਾਲੀ। ਗੁਰਦੁਆਰੇ ਕਿੰਨੇ ਸਨ? ਗੁਰਦੁਆਰੇ ਹਾਂਜੀ ਇੱਕ ਤਾਂ ਸੀ ਜਿੱਥੇ ਆ ਮਸਜਿਦ ਬਣੀ ਹੋਈ ਹੈ, ਉਹ ਗੁਰਦੁਆਰੇ ਵਾਲੀ ਜਗ੍ਹਾ ਮਸਜਿਦ ਬਣੀ ਹੋਈ ਹੈ। ਅੱਗੇ ਇੱਕ ਸਕੂਲ ਦੇ ਨਾਲ ਸੀ ਦੋ, ਇੱਕ ਸਾਹਿਬ ਬਿਹਾਰੀ ਲਾਲ ਦੀ ਬਿਜਲੀ ਦੇ ਕੋਲ, 3 ਤੇ ਅੱਗੇ ਕਿੰਨੇ ਸਣੇ? ਗੁਰਦੁਆਰਾ ਸੀ 4 ਹੀ ਸਨ, ਮੋਟੇ ਮੋਟੇ 4 ਸਨ, ਬਾਕੀ ਉਹਨਾਂ ਬਥੇਰੇ ਬਣਾਏ ਸਨ, ਕੀ ਕਰਦੇ ਹਨ ਕੀ ਨਹੀਂ ਕਰਦੇ। ਹਾਂਜੀ ਹਾਂਜੀ ਆਪਣੀ ਖੂਹੀਆਂ ਆ ਸਾਂ ਪਿੰਡ 'ਚ ਕਿੰਨੀਆਂ ਕੁ? ਹੈਂ ਪਾਣੀ ਵਾਲੀਆਂ ਖੂਹੀਆਂ ਕਿੰਨੀਆਂ ਕੁ ਸਨ ਕਿੱਥੇ ਕਿੱਥੇ ਕਰ? ਪਾਣੀ ਵਾਲੀਆਂ? ਹਾਂਜੀ ਹਾਂਜੀ ਉਹ ਮੈਂ ਕਿੰਨੀਆਂ ਕੁ ਗਿਣਾਂਗਾ। ਸਾਡਾ ਬਰਾਦਰੀ ਮੁਲਕ ਨਾਲ ਤਰਲ ਕੇ ਅਸੀਂ ਆ ਗਏ ਹਾਂ ਇੱਧਰ ਹੁਣ,
ਪਹਿਲੇ ਅਸੀਂ ਸਾਂ ਉਹ ਪਿੰਡ ਦੇ ਵਿੱਚ ਸਾਰੇ ਜਿੰਨੇ ਅਸੀਂ ਬੈਠੇ ਹੋਏ ਹਾਂ ਉਹ ਉੱਥੇ ਸਾਂ ਪਿੰਡ ਵਿੱਚ ਤਾਂ ਬਾਅਦ ਚ ਅਸੀਂ ਜਗ੍ਹਾ ਖਰੀਦ ਕੇ ਤੇ ਹੁਣ ਆਏ ਹਾਂ ਕੋਈ 10 ਸਾਲਾਂ ਦੇ ਇੱਧਰ ਬਾਕੀ ਫਿਰ ਉੱਥੇ ਸ਼ਹੀਦ ਮੈਂ ਮਸਜਿਦ ਹੀ ਹੈ ਉੱਥੇ ਤਿੰਨ ਖੂਹੀਆਂ ਸਨ ਮਸਜਿਦ ਦੇ ਨਾਲ ਹੀ ਇੱਕ ਸਾਡੀ ਮੁਸਲਮਾਨਾਂ ਦੀ ਮਸਜਿਦ ਦੇ ਵਿੱਚ ਖੂਹੀ ਮਸਜਿਦ ਅੱਗੇ ਭਗਤਾਂ ਦੀ ਖੂਹੀ ਸੀ ਨਾਲ ਹੀ ਮਸਜਿਦ ਦੇ ਨਾਲ ਹੀ ਇਸ ਸਾਈਡ ਤੇ ਅੱਗੇ ਝੂਰਾਂ ਦੀ ਖੂਹੀ ਸੀ ਤਿੰਨ ਤੇ ਹੋਈ ਸਨ ਅੱਗੇ ਨਾਲ ਲੱਗਦੀ ਹੋਈ ਮਤਲਬ ਜੋਗੀਆਂ ਨੇ ਬਣਾਏ ਸੀ ਸ਼ੁਕਰਦੀਨ ਨੇ ਅੱਗੇ ਖੂਹੀਆਂ ਹੀ ਖੂਹੀਆਂ ਸਨ ਕਿੰਨੀਆਂ ਕੁ ਗਿਣਾ ਗਏ ਪਿੰਡ ਤੁਸੀਂ ਬੜਾ ਵੱਡਾ ਦੱਸਿਆ ਖੂਹੀਆਂ ਦਾ ਫਿਰ ਉਹੀ ਮੈਂ ਆਖਿਆ ਕਿੰਨੀਆਂ ਗਿਣਾ ਗੱਲ ਕਰੇ 50 ਹੋਣ ਹੋਰ ਸਕੂਲ ਸਨ ਦੋ ਆਹੋ ਸਕੂਲ ਮੈਂ ਪੁੱਛ ਲਗਾ ਬਾਬੇ ਸਕੂਲ ਦੋ ਸਨ ਉਦੋਂ ਜੀ ਹਾਂ ਉਸ ਵਕਤ ਦੇ ਵਿੱਚ ਹਾਂਜੀ ਪ੍ਰਾਇਮਰੀ ਸਕੂਲ ਤਿੰਨ ਮਾਸਟਰ ਸਾਡੇ ਕੋਲ ਹੁੰਦੇ ਹਨ ਪੜ੍ਹਾਉਣ ਵਾਲੇ ਪ੍ਰਾਇਮਰੀ ਸਕੂਲ ਸੀ ਪ੍ਰਾਇਮਰੀ ਚੌਥੀ ਜਮਾਤ ਤੱਕ ਹੀ ਹੋਰ ਕੋਈ ਨਹੀਂ ਸੀ ਫਿਰ ਇੱਕ ਉਹ ਸੀ ਬੱਚੀਆਂ ਦਾ ਸਕੂਲ ਪਤਾ ਸੀ ਉੱਧਰ ਬਿਹਾਰੀ ਲਾਲ ਦੀ ਬੈਠ ਕੇ ਬਾਕੀ ਸਕੂਲ ਇਹ ਹੋਈ ਸੀ ਹੋਰ ਸਕੂਲ ਕੋਈ ਨਹੀਂ ਸ਼ਹਿਜ਼ਾਦਾ ਸੈਂਟਰ ਸਾਡਾ ਸ਼ਹਿਜ਼ਾਦਾ ਮਿਡਲ ਪ੍ਰਾਇਮਰੀ ਸੀ ਉਹ ਮਿਡਲ ਉੱਥੇ ਮਿਡਲ ਹੁੰਦਾ ਸੀ ਹੈ ਉਸ ਸ਼ਹਿਜ਼ਾਦੇ ਪਿੰਡ ਮਿਡਲ ਹੁੰਦਾ ਸੀ ਉਸ ਟਾਈਮ ਸ਼ਹਿਜ਼ਾਦਾ ਮਿਡਲ ਸੀ ਅੱਛਾ ਅੱਛਾ ਸਹੀ ਤੇ ਬਜ਼ੁਰਗੋ ਘਰ ਬਾਰ ਕਿਵੇਂ ਹੁੰਦੇ ਹਾਂ ਉਦੋਂ ਕਿੰਨਾ ਜੀ ਸਿੱਖਾਂ ਦੇ ਆਪਣੇ ਮੁਸਲਮਾਨ ਸਿੱਖਾਂ ਦੇ ਕਿਵੇਂ ਦਾ ਰਿਵਾਜ ਸਿੱਖਾਂ ਦੇ ਕਾਰੋਬਾਰ ਮੁਲਾਜ਼ਮਤ ਸਨ ਤੇ ਪੂਰੇ ਪੂਰੇ ਮੁਲਾਜ਼ਮਤ ਵੱਡੇ ਵੱਡੇ ਮਤਲਬ ਮੁਲਾਜ਼ਮ ਸਨ ਕੋਈ ਥਾਣੇਦਾਰ ਸੀ ਅੱਛਾ ਜੀ ਕੋਈ ਸੂਬੇਦਾਰ ਸੀ ਕੋਈ ਮਤਲਬ ਇਹ ਪਈ ਨੰਬਰ ਦਾ ਸਨ ਸਫੈਦ ਪੋਏ ਸੀ ਪ੍ਰਤਾਪ ਸਿੰਘ ਇੱਕ ਉਹਦਿਆਂ ਵਾਲੇ ਸਨ ਲੋਕ ਘਰ ਕਿਵੇਂ ਦੇ ਹੁੰਦੇ ਆ ਭਲਾ ਉਦੋਂ ਘਰ ਕਿਵੇਂ ਦੇ ਚਬਾਰੇ ਚਬੂਰੇ ਵੀ ਆਇਆ ਸਾ ਕਿਸੇ ਦੇ ਘਰ ਹਾਂਜੀ ਹਾਂ ਹਾਂਜੀ ਹਾਂਜੀ ਘਰ ਉਹਨਾਂ ਨੇ ਬੇਸ਼ਮਾਰ ਸਾ ਬਿਲਡਿੰਗਾਂ ਬਣੀਆਂ ਜਾਂਦੀਆਂ ਬੜੀਆਂ ਆਹ ਤੇ ਢਾਈ ਛੜੀਆਂ ਆ ਕੇ ਮਾਰ ਦੇਣਾ ਨਵੀਆਂ ਬਣਾ ਲਈਆਂ ਬੜੇ ਬੜੇ ਬਿਲਡਿੰਗਾਂ ਸਨ ਤਿੰਨ ਤਿੰਨ ਚਾਰ ਚਾਰ ਮੰਜ਼ਲਾਂ ਸਨ ਇੱਕ ਦਾ ਨਾਂ ਦੇ ਨਾਲ ਦੱਸ ਦੋ ਵੀ ਇਹਦਾ ਸਾਰ ਨੂੰ ਉੱਚਾ ਇੱਕ ਦੇ ਨਾਂ ਨਾਲ ਦੱਸ ਦੋ ਸਾਨੂੰ ਵੀ ਇਹਦਾ ਘਰ ਹੈ ਤਿੰਨ ਮੰਜ਼ਲਾ ਹੈ ਜਾਂ ਦੋ ਮੰਜ਼ਲਾ ਹੈ ਫਲਾਣੇ ਦਾ ਸੀ ਨਾਂ ਥੋੜਾ ਕੁ ਦੱਸ ਦੋ ਉਹ ਮੈਂ ਜਿਹੜੇ ਦੱਸੇ ਨੇ ਉਹਨਾਂ ਦੀ ਅਜ ਨਾਂ ਜਿਹੜੇ ਮੈਂ ਦੱਸੇ ਹਾਂਜੀ ਇਹ ਉਹਨਾਂ ਦੇ ਹਨ ਚੰਗੇ ਚੰਗੇ ਉਹਨਾਂ ਦੇ ਮਕਾਨ ਸਾਡੇ ਅੱਛਾ ਅੱਛਾ ਹਾਂ ਸਹੀ ਸਹੀ ਬਾਬਾ ਜੀ ਜਿਹੜੇ ਖੱਤਰੀ ਸਨ ਬਾਹਮਣ ਦੁਕਾਨਾਂ ਕਰਦੇ ਹਨ ਇੱਥੇ ਖੱਤਰੀ ਦੁਕਾਨਾਂ ਕਰਦੇ ਸਨ ਆਦੀਆਂ ਭਲਾ ਦੁਕਾਨਾਂ ਪਰ ਕਰਿਆਨਾ ਅੱਛਾ ਅੱਛਾ ਕਿਰਚੋਂ ਦੁਕਾਨਾਂ ਅੱਛਾ ਅੱਛਾ ਬਾਕੀ ਸੂਦ ਲੈਂਦੇ ਹਨ ਪੈਸੇ ਵਾਲੇ ਲੋਕ ਸਨ ਸਾਰੇ ਸੂਦ ਲੈਂਦੇ ਸਨ ਜ਼ਿਮੀਦਾਰ ਸਾਰੇ ਜਿੰਦੇ ਆਏ ਨੇ ਸਾਰੇ ਇਸ ਤਰ੍ਹਾਂ ਕਮਜ਼ੋਰੀ ਸੀ ਤੇ ਉਹ ਆਪਣਾ ਕੰਮ ਕਰਦੇ ਸਨ ਸਹੀ ਸਹੀ ਹਾਂਜੀ ਤੇ ਕੋਈ ਸੁਨਿਆਰਾ ਵੀ ਆਇਆ ਸੀ ਹਿੰਦੂ ਹਾਂ ਬਿਲਕੁਲ ਆਇਆ ਸੀ ਉਹਨਾਂ ਦਾ ਨਾਂ ਦੱਸਿਆ ਸੀ ਗਰਦਾਰੀ ਉਹਦੇ ਪਿਓ ਦਾ ਨਾਂ ਸੁੰਦਰ ਤੀਜਾ ਪਿਆਰਾ ਹਾਂਜੀ ਹਾਂਜੀ ਪਿਆਰਾ ਸਿੰਘ ਸਿੱਖ ਸਨ ਸਿੱਖ ਅੱਛਾ ਅੱਛਾ ਇਹ ਸੁਨਿਆਰੇ ਸੀ ਸੁਨਿਆਰੇ ਸਨ ਬਿਹਾਰੀ ਲਾਲ ਪਿਆਰਾ ਸਿੰਘ ਸੁੰਦਰ ਸਿੰਘ ਥੋੜ੍ਹੇ ਜਿਹੇ ਹੋਣੇ ਸਾਨੂੰ ਨਾਲ ਜਿਹੜੇ ਜ਼ਮੀਨ ਦੱਸਿਆ ਕਿਹੜੇ ਕਿਹੜੇ ਖੂਹ ਮਸ਼ਹੂਰ ਸਨ ਬਾਹਰ ਕੀ ਬਾਹਰ ਕੋਈ ਜਿਹੜੇ ਪੈਲੀਆਂ ਵਿੱਚ ਖੂਹ ਹੁੰਦੇ ਨੇ ਮੈਂ ਕੋਈ ਮਸ਼ਹੂਰ ਨਾਂ ਕੋਈ ਦੱਸ ਦਿਓ ਖੂਹਾਂ ਦੇ ਮਸ਼ਹੂਰ ਉਮਰ ਦੱਸਾਂ ਹਾਂਜੀ ਹਾਂਜੀ ਦੋ ਡੇਰੇ ਹੁੰਦੇ ਨੇ ਬਾਹਰ ਇੱਕ ਦਾ ਨਾਂ ਸੀ ਤਾਰਾਪੁਰ ਹਾਂਜੀ ਹਾਂਜੀ ਇੱਕ ਦਾ ਨਾਂ ਸੀ ਮਿਰਜ਼ਾਪੁਰ ਇੱਕ ਨੇ ਖੂਬ ਬੇਰੀਆਂ ਵਾਲਾ ਉਹਨਾਂ ਵਿੱਚ ਆਉਂਦੇ ਸਨ ਇੱਕ ਉਧਰ ਹੁੰਦਾ ਸੀ ਅਮਲ ਖੂਬ ਬੜਾ ਵੱਡਾ ਉਹ ਵੀ ਡੇਰਾ ਸੀ ਡੇਰੇ ਸਨ ਉਹਨਾਂ ਦੇ ਬੜੇ ਬੜੇ ਬਾਹਰ ਹੀ ਮਤਲਬ ਰਹਿੰਦੇ ਸਨ ਡੰਗਰ ਸ਼ੰਗਰ ਬਾਰਾ ਬਾਰ ਰੋਟੀਆਂ ਉਹਨਾਂ ਦੀਆਂ ਘਰਾਂ ਪਾ ਕੇ ਜਾਂਦੀਆਂ ਨੇ
ਬਾਕੀ ਰਹਿੰਦੇ ਡੇਰਿਆਂ ਤੇ ਸਨ। ਅੱਗੇ ਨੰਗਲ ਵਾਲੇ ਸਨ, ਨਾਂਗਲੀਆਂ ਦੇ ਵੀ ਬੜੇ ਸਨ ਡੇਰੇ ਇੱਥੇ। ਬਜ਼ੁਰਗੋ ਜਿਹੜੇ ਇੱਥੇ ਸਿੱਖ ਰਹਿੰਦੇ ਹਨ ਉਹਨਾਂ ਦੀ ਜਾਤਾਂ ਦਾ ਪਤਾ ਕਿਹੜੇ ਜਾਤ ਦੇ ਹਨ? ਸਿੱਖਾਂ ਦੀ ਜਾਤ ਦਾ ਵੀ ਪਤਾ ਕਿਸੇ ਦਾ ਕਿਹੜੀ ਕਿਹੜੀ ਜਾਤ? ਹਾਂਜੀ ਕਾਲੂ, ਸਾਰੇ ਕਾਲੂ ਸਾਂ, ਸਭ ਕਾਲੂ। ਅੱਛਾ ਅੱਛਾ, ਚਿੱਠੇ ਚੀਮੇ ਚੂਮੇ ਕੋਈ ਨਹੀਂ ਸਨ? ਵੀਰਕ ਜਾਂ ਚਿੱਠੇ ਚੀਮੇ ਕੋਈ ਨਹੀਂ ਸਨ? ਚੀਮੇ? ਹਾਂਜੀ ਨਹੀਂ, ਚਿੱਠੇ ਜਾਂ ਨਹੀਂ ਵੀਰਕ ਨਾ ਕਾਲੂ ਸਾਂ ਬੋਲਦੇ? ਕੋਈ ਨਹੀਂ। ਅੱਛਾ, ਨਾ ਵੀਰਕ ਨਾ ਚੀਮਾ ਕੋਈ ਨਹੀਂ। ਤੇ ਇਹ ਹਿੰਦੂਆਂ ਦੀ ਕੋ ਪਤਾ ਜੇ ਕਿਹੜੇ ਬਟਵਾਲ ਸਨ, ਕੌਣ ਸਨ ਹਿੰਦੂ ਜਿਹੜੇ ਹਨ? ਹਿੰਦੂ? ਹਾਂਜੀ ਹਿੰਦੂ ਭਗਤ ਬਰਾਦਰੀ, ਸਾਈ ਬਰਾਦਰੀ, ਮਤਲਬ ਚਮਿਆਰ ਕਮਿਆਰ। ਇੱਥੇ ਕੋਈ ਐਸੀ ਬਰਾਦਰੀ ਨਹੀਂ ਵੀ ਜਿਹੜੀ ਇਸ ਪਿੰਡ ਦੇ ਵਿੱਚ ਨਹੀਂ। ਬਟਵਾਲ ਵੀ ਆ ਸਾਂ? ਬਟਵਾਲ ਬੜੇ ਹੁਣ ਦਿੰਦਾ ਰਹੇ ਨੇ ਇੱਥੇ ਹੀ ਨੇ ਕੁਝ। ਅੱਛਾ ਅੱਛਾ, ਹਾਂਜੀ ਬਟਵਾਲ ਬੜੇ ਸੋਹਣੇ। ਅੱਛਾ ਅੱਛਾ ਅੱਛਾ, ਸਹੀ ਸਹੀ। ਤੇ ਬਜ਼ੁਰਗ ਉਦੋਂ ਰਹਿਣ ਸਹਿਣ ਕਿਵੇਂ ਦਾ ਸੀ ਤੁਹਾਡਾ? ਥੋੜ੍ਹਾ ਕੋਣ ਦੋ ਚਾਰ ਮਿੰਟ ਸਾਨੂੰ ਇਹ ਦੱਸੋ ਹੁਣ, ਰਹਿਣ ਸਹਿਣ ਤੁਹਾਡਾ ਕਲਚਰ ਕਿਵੇਂ ਹੁੰਦਾ? ਰਹਿਣ ਸਹਿਣ ਸਾਰਿਆਂ ਦਾ ਆਪਸ 'ਚ ਰਹਿਣ ਸਹਿਣ? ਹਾਂਜੀ ਸਾਰੇ ਮਜ਼ਬ ਸਹੀ, ਬਿਲਕੁਲ ਬਿਲਕੁਲ ਠੀਕ ਠਾਕ ਰਹਿਣ ਸਹਿਣ 'ਚ ਕੋਈ ਕਿਸੇ ਨੂੰ ਤਕਲੀਫ ਨਹੀਂ ਸੀ ਦਿੰਦੇ ਹੋ? ਫਲਾਂ ਅਫਸਰ ਆਦਮੀ ਸਨ, ਕਿਸੇ ਨੂੰ ਕੋਈ ਤਕਲੀਫ ਨਹੀਂ ਉਹਨੇ ਦਿੱਤੀ। ਹਾਂਜੀ ਹਾਂਜੀ, ਨਾਲ ਉਹ ਤਕੜੇ ਲੋਕ ਸਨ, ਉਹਨਾਂ ਦਾ ਮੁਕਾਬਲਾ ਨਹੀਂ ਸੀ ਕੋਈ ਕਰ ਸਕਦਾ। ਮਿਲਣ ਵਰਤਣ ਆਪਸ 'ਚ ਹੈ ਸੀ, ਸ਼ਾਦੀ ਵਿਆਹ ਦੀ ਉਂਝ ਲੈਣ ਦੇਣ ਆਪਸ? ਹਾਂ ਬਿਲਕੁਲ, ਗਰੀਬ ਆਦਮੀ ਦੀ ਅੰਦਾਜ਼ ਵੀ ਕਰਦੇ ਸਨ, ਸ਼ਾਦੀ ਤੇ ਉਹਦੇ ਜਾਂਦੇ ਸਨ, ਸਾਨੂੰ ਬੁਲਾਉਂਦੇ ਸਨ, ਅਸੀਂ ਵੀ ਜਾਂਦੇ ਸਨ ਸ਼ਾਦੀਆਂ ਨੇ ਇੰਡੀਆਂ 'ਤੇ। ਲੇਕਿਨ ਖਾਣਾ ਪੀਣਾ ਦੇ ਕੋਈ ਲੋਕ ਖਾ ਲੈਂਦੇ ਉਹਨਾਂ ਦੇ ਘਰ ਦਾ। ਹਾਂਜੀ ਅਸੀਂ ਆਪਣੀ ਗੱਲ ਕਰਦੇ ਹਾਂ, ਅਸੀਂ ਭਾਵੇਂ ਕਿਹੜਾ ਵੱਡਾ ਹੁੰਦਾ ਸੀ ਨਾ, ਅਸੀਂ ਨਹੀਂ ਸਾਂ ਖਾਂਦੇ ਹੁੰਦੇ। ਜਿਹੜੀ ਮਿਸਰੀ ਬਰਾਦਰੀ ਹੈ, ਮਿਸਰੀ ਮੁਗਲ ਬਰਾਦਰੀ ਵਿੱਚੋਂ ਕੋਈ ਹੈ ਸਨ ਬੰਦੇ ਖਾ ਪੀ ਚੱਲਦੇ ਹਨ, ਬਾਕੀ ਸਾਡੀ ਮਨਾ ਸੀ ਕਿਸੇ ਦੇ ਘਰ ਦਾ ਅਸੀਂ ਨਹੀਂ ਸੁਣਾਉਂਦੇ, ਨਾ ਭਗਤਾਂ ਦੇ ਘਰ ਦਾ, ਨਾ ਮਤਲਬ ਸਿੱਖਾਂ ਦੇ ਘਰ ਦਾ, ਨਾ ਬ੍ਰਾਹਮਣਾਂ ਦੇ ਘਰ ਦਾ, ਬ੍ਰਾਹਮਣ ਬਥੇਰੇ ਸਨ ਇੱਥੇ। ਜਦੋਂ ਆਪਣੀ ਕੁਰਬਾਨੀ ਆਉਂਦੀ ਸੀ ਕੁਰਬਾਨੀ ਦੀ, ਬਿਲਕੁਲ ਕੋਈ ਮਨਾ ਨਹੀਂ ਸੀ, ਕੁਰਬਾਨੀਆਂ ਕਰਦੇ ਸਾਂ। ਗਾਂ ਦੀ ਵੀ? ਹੈਂ ਗਾਂ ਦੀ ਨਹੀਂ, ਗਾਂ ਦੀ ਘੱਟ ਕਰਦੇ ਸਾਂ। ਅੱਛਾ, ਗਾਂ ਵਾਲੀ ਗੱਲ ਜਿਹੜੀ ਹੈ ਨਾ, ਹਾਂਜੀ ਉਹ ਘੱਟ ਸੀ ਇਸ ਵਾਸਤੇ ਵੀ ਇਸ ਗੱਲ ਤੋਂ ਜ਼ਰਾ ਮਤਲਬ ਵੀ ਨਹੀਂ ਸੀ ਬਾਰਾ ਚਾਹੁੰਦੀ, ਕੁਰਬਾਨੀ ਗਾਂ ਦੀ ਨਹੀਂ ਸੀ ਹੁੰਦੀ, ਉਹਨਾਂ ਦੇ ਹੁੰਦੀਆਂ, ਹੁਣ ਹੁੰਦੀਆਂ ਨੇ, ਬਹੁਤ ਹੀ ਛੋਟੇ ਚੱਲਦੇ ਹੋਣੇ, ਆਮ ਛੋਟਾ ਆਮ, ਬਾਕੀ ਨਹੀਂ। ਅੱਛਾ ਅੱਛਾ, ਸਹੀ ਹੈ। ਬਜ਼ੁਰਗੋ ਤੁਸੀਂ ਵੀ ਪੜ੍ਹਦੇ ਰਹੇ? ਲੇਕਿਨ ਉੱਥੇ ਮੇਰਾ ਮਤਲਬ ਕਮਜ਼ੋਰੀ ਸੀ, ਮੇਰਾ ਵਾਲਦ ਜਿਹੜਾ ਨਾ ਉਹ ਆਪਣੀ ਮਿਹਨਤ ਮਜ਼ਦੂਰੀ ਕਰ ਰਿਹਾ ਜਿਸ ਤਰ੍ਹਾਂ ਆਇਆ ਹੁਣ ਤੇ ਅੱਗੇ ਨਹੀਂ ਵੱਧ ਸਕਿਆ ਫਿਰ। ਅੱਛਾ, ਚਾਰ ਪੰਜ ਪੜ੍ਹੀ ਤੁਸੀਂ? ਜੀ ਚਾਰ। ਹੁਣ ਦੇ 10 ਵਰਗੀਆਂ ਨੇ ਜਿਹੜੀ ਬਹੁਤ ਜ਼ਿਆਦਾ ਮਤਲਬ ਕਿਸੇ ਨੂੰ ਕਿਉਂ ਉਹਦੀ ਵਜ੍ਹਾ ਇਹ ਸੀ ਤੇ ਜਿਹੜੇ ਸਿੱਖ ਲੋਕ ਸਨ ਨਾ ਅਫਸਰ ਆਦਮੀ ਸਨ, ਇਹ ਜਿਹੜੇ ਬਾਕੀ ਅਸੀਂ ਮੁਸਲਮਾਨ ਸਾਂ, ਬਾਕੀ ਜੱਟ ਬਰਾਦਰੀ ਹੋਏ ਜਾਂ ਅਸੀਂ ਕਸਬਾ ਹੋ ਗਿਆ, ਸਾਰਾ ਕਸਬਾ ਬਹੁਤ ਸੀ। ਉਹ ਕਿਸੇ ਦੇ ਨਾਲ ਕੋਈ ਉਹਨਾਂ ਦਾ ਵੈਰ ਨਹੀਂ ਸੀ, ਉਹ ਕਿਸੇ ਨੂੰ ਤਕਲੀਫ ਨਹੀਂ ਸਨ ਦਿੰਦੇ, ਐਵੇਂ ਬੰਦਾ ਗਲਤ ਗੱਲ ਕਰੇ ਫਾਇਦਾ ਨਹੀਂ, ਕੋਈ ਤਕਲੀਫ ਨਹੀਂ ਸਨ ਉਹ ਦਿੰਦੇ। ਬਜ਼ੁਰਗੋ ਆਪਣੀ ਜਿਹੜੇ ਮੁਸਲਮਾਨ ਸਨ
ਮੁਸਲਮਾਨਾਂ ਦੀ ਗੱਲ ਪੁੱਛਦੇ ਮੁਸਲਮਾਨਾਂ ਦੇ ਜੋਗੀ ਬਰਾਦਰੀ ਬਾਕੀ ਨਾਈ ਮੋਚੀ ਮਤਲਬ ਸਾਡੀ ਮੁਗਲ ਬਰਾਦਰੀ ਸਾਰੀਆਂ ਬਰਾਦਰੀ ਇੱਥੇ ਸਾਡੇ ਦੁਆਰ ਤਰਖਾਨ ਜੋ ਕੁਝ ਹੈ ਸਭ ਇੱਥੇ ਬੜੀਆਂ ਮਹਿਰਾਂ ਦੇ ਘਰ ਵੀ ਹੈ ਸਾ ਕੋਈ ਹਾਂਜੀ ਮਹਿਰਾਂ ਦੇ ਵੀ ਹੈ ਸਰ ਹੁਣ ਵੀ ਹੈ ਜੀ ਹੁਣ ਵੀ ਹੈ ਹਾਂਜੀ ਅੱਛਾ ਅੱਛਾ ਇੱਥੇ ਵਸਨੀਕ ਵਸਨੀਕ ਬਿਲਕੁਲ ਇੱਥੋਂ ਦੇ ਰਹਿਣ ਵਾਲੇ ਉਹਦੇ ਮਹਾਦਰ ਵੀ ਆ ਨੇ ਨਾ ਹਾਂਜੀ ਹਾਂਜੀ ਉਸ ਵਕਤ ਦੇ ਵਿੱਚ ਆਇਆ ਸਰ ਅੱਛਾ ਵੀ ਆਇਆ ਸਰ ਕੋਈ ਬਰਾਦਰੀ ਜਿਹੜੇ ਪਿੰਡ ਜਿਹੜਾ ਸਭ ਬਰਾਦਰੀਆਂ ਸਨ ਹਿੰਦੂ ਮੁਸਲਮਾਨ ਸਭ ਤੁਹਾਡਾ ਜਦੋਂ ਤੁਸੀਂ ਸਕੂਲੇ ਜਾਂਦੇ ਹੋ ਮੇਰੇ ਜਮਾਤੀ ਨੇ ਉੱਥੇ ਕਿੰਨੇ ਸਿੱਖ ਗਰਦਾਰੀ ਦਾ ਮੁੰਡਾ ਪਿਆਰਾ ਕਿੰਨੇ ਸਨ ਮੈਂ ਕਿੰਨੇ ਗਿਣ ਕੇ ਦੱਸਾਂ ਮਤਲਬ ਦਿਮਾਗ ਖਰਾਬ ਉਹਨਾਂ ਨੂੰ ਗਿਆਨ ਹੋ ਗਿਆ ਗਿਆਨ ਖੇਡਾਂ ਬੜੇ ਬਾਬੇ ਚੁੱਕਦੇ ਹਨ ਬੜਾ ਜ਼ੋਰ ਕਰਦੇ ਸੀ ਮੰਡੀ ਠਰੋ ਲੱਗਦੀ ਸੀ ਬੜੀ ਵੱਡੀ ਮੰਡੀ ਮਸ਼ਹੂਰੋ ਮਰੂਫ ਇੱਕ ਮੰਡੀ ਗੁੱਲੂ ਸ਼ਾਹ ਲੱਗਦੀ ਹੁੰਦੀ ਸੀ ਉਹ ਪਿੰਡ ਕੋਰੇ ਕੇ ਹੈ ਇਹ ਦੋ ਮਸ਼ਹੂਰੋ ਮਰੂਫ ਮੰਡੀਆਂ ਸਨ ਦੂਰ ਦੂਰ ਤੋਂ ਹੈੜਾਂ ਮਾਲ ਆਉਂਦਾ ਸੀ ਇੱਥੇ ਬਾਜ਼ਾਰ ਬੜੇ ਲੱਗੇ ਹੁੰਦੇ ਸਨ ਖੇਲਾਂ ਇੱਥੇ ਕੌਡੀਆਂ ਹੋਣੀਆਂ ਕੋਲ ਹੋਣੇ ਹੋਰ ਮਤਲਬ ਡੰਗਰਾਂ ਨੇ ਹਲ ਬਣੇ ਅਨਾਮ ਸ਼ਨਾਮ ਉਹ ਡੀ ਸੀ ਆ ਕੇ ਅਨਾਮ ਸ਼ਨਾਮ ਦਿੰਦਾ ਹੁੰਦਾ ਸੀ ਬੜੀ ਮੰਡੀ ਸੀ ਅੱਛਾ ਅਖਰ ਤੱਕ ਦੋ ਚਾਰ ਮਿੰਟ ਸਾਨੂੰ ਦੱਸਦਾ ਨਮਾਜ਼ ਦਾ ਵੀ ਟਾਈਮ ਹੋ ਗਿਆ ਹਾਂਜੀ ਤੇ ਉਹ ਕਿਵੇਂ ਕਿਵੇਂ ਨਿਕਲੇ ਫਿਰ ਬਸ ਮੁਕਾਈਏ ਗੱਲ ਜਦੋਂ ਉਹ ਗਏ ਨੇ ਹਾਂਜੀ ਹਾਂਜੀ ਬਹੁਤ ਆਰਾਮ ਨਾਲ ਇੱਥੇ ਜਮ੍ਹਾਂ ਹੋਏ ਨੇ ਉਹ ਹਾਂਜੀ ਸਾਈਡਾਂ ਦੇ ਪਿੰਡ ਹਾਂਜੀ ਸਾਈਡਾਂ ਦੇ ਜਿਹੜੇ ਸਿੱਖ ਸਨ ਉਹ ਇਸੇ ਪਿੰਡ ਜਮ੍ਹਾਂ ਹੋਏ ਨੇ ਬਹੁਤ ਜ਼ਿਆਦਾ ਉਹਨਾਂ ਦੀ ਤਾਦਾਦ ਜਮ੍ਹਾਂ ਹੋ ਗਈ ਸੀ ਉੱਥੇ ਬਾਹਰ ਪਿੰਡੋਂ ਬਾਹਰ ਕਿੰਨੇ ਦਿਨ ਫਿਰ ਹਾਂਜੀ ਕੈਂਪ ਉਸ ਤੋਂ ਬਾਅਦ ਬਹੁਤ ਆਰਾਮ ਗਏ ਨੇ ਅਸੀਂ ਪਿੰਡ 'ਚ ਰਹੇ ਹਾਂ ਕੁਝ ਲੋਕ ਨੱਸ ਗਏ ਨੇ ਬਾਹਰ ਅਸੀਂ ਕੁਝ ਲੋਕ ਜਿਹੜੇ ਨੇ ਅਸੀਂ ਆਪਣੀ ਮਸਜਿਦ ਦੇ ਵਿੱਚ ਰਹੇ ਹਾਂ ਮਸਜਿਦ ਦੇ ਅੱਗੇ ਵੀ ਜੇ ਮਰਨਾ ਜੇ ਨਹੀਂ ਮਰਨਾ ਜਮ੍ਹਾਂ ਉਹਨਾਂ ਅੱਗੇ ਅਸੀਂ ਕਿਹੜੇ ਕਰ ਸਕਦੇ ਸਾਂ ਉਹਨਾਂ ਗੋਲੀਆਂ ਮਾਰੀਆਂ ਮਾਰ ਛੱਡਿਆ ਸੀ ਸਾਡੇ ਕੋਲ ਕੀ ਸੀ ਲੇਕਿਨ ਸਾਨੂੰ ਕਿਸੇ ਕੋਈ ਤਕਲੀਫ ਨਹੀਂ ਜਾਣ ਲੱਗਿਆ ਉਹਨਾਂ ਦੀ ਰੋਣ ਦੀ ਆਵਾਜ਼ ਆਪਣੀ ਅਸੀਂ ਮਸਜਿਦ ਵਿੱਚ ਸਾਂ ਉੱਥੇ ਉਹ ਬਾਹਰ ਸਨ ਕਾਫਲਾ ਉਹਨਾਂ ਦੇ ਰੋਂਦਿਆਂ ਦੀ ਆਵਾਜ਼ ਚੀਖਾਂ ਮਾਰਨੇ ਸਾਰਾ ਬੜਾ ਔਖਾ ਜੀ ਲੇਕਿਨ ਘਰ ਛੱਡਣਾ ਬੜਾ ਔਖਾ ਲੇਕਿਨ ਅੱਲਾਹ ਪਾਕ ਦੀ ਜਾਂਦੀ ਉਸ ਵਕਤ ਨੂੰ
ਉਹਨਾਂ ਕੋਈ ਤਕਲੀਫ ਨਹੀਂ ਦਿੱਤੀ, ਆਰਾਮ ਨਾਲ ਲੜਦਾ ਰਿਹਾ ਇੱਥੇ। ਯਾਨੀ ਕਿ ਜਿਵੇਂ ਤੁਸੀਂ ਦੱਸਦੇ ਪਏ ਹੋ ਕਾਫਲਾ ਸੀ ਉਹਨਾਂ ਦਾ, ਕਿੰਨੇ ਪਤਾ ਨਹੀਂ ਹਜ਼ਾਰਾਂ ਨਾ ਬੰਦੇ ਹੋਣਗੇ, ਤੁਸੀਂ ਦੱਸਦੇ ਪਏ ਹੋ ਜਿਵੇਂ ਉਹਨਾਂ ਦਾ ਇੱਥੇ ਕੈਂਪ ਲੱਗਾ ਸੀ, ਕਿੰਨੇ ਹੋਣੇ ਤੁਹਾਨੂੰ ਮਾਰ ਵੀ ਸਕਦੇ ਹਾਂ ਮੁਸਲਮਾਨਾਂ ਨੂੰ ਕਹਿ ਸਕਦਾ ਕਿੰਨੇ ਹਜ਼ਾਰ ਸਨ। ਹਾਂਜੀ, ਬਹਰਾਲ ਇੱਥੋਂ ਦੇ ਵੀ ਸਾਈਡਾਂ ਦੇ ਪਿੰਡ ਵੀ ਇੱਥੇ ਇਕੱਠੇ ਹੋਏ। ਆਹੋ, ਮੈਂ ਉਹੀ ਕਹਿ ਰਿਹਾ ਕਿ ਉਹ ਇੰਨੇ ਜਾਣੇ ਹੋਣ ਦੇ ਬਾਵਜੂਦ ਤੁਹਾਨੂੰ ਨੁਕਸਾਨ ਵੀ ਕਰ ਸਕਦੇ ਹਨ, ਤੁਹਾਡਾ ਵੀ ਬੜਾ ਕਰ ਸਕਦੇ ਹਨ, ਕੁਝ ਨਹੀਂ ਨਾ ਮੁਸਲਮਾਨਾਂ ਨੂੰ ਕੁਝ ਨਹੀਂ ਗਿਆ, ਬਿਲਕੁਲ ਆਰਾਮ ਨਾਲ ਬਸ ਗਏ, ਉਹਨਾਂ ਕਿਸੇ ਨੂੰ ਕੋਈ ਦਿੱਕਤ ਨਹੀਂ ਦਿੱਤੀ। ਵਸਦੇ ਪੁੱਜਦੇ ਲੋਕ ਸਨ, ਉਸ ਵਕਤ ਦੇ ਵਿੱਚ ਮੁਲਾਜ਼ਮ ਸਨ, ਬੜੇ ਬੜੀ ਤਨਖਾਹਾਂ ਆਉਂਦੀਆਂ ਹਨ ਉਹਨਾਂ ਦੀਆਂ, ਚਾਂਦੀ ਦਾ ਰੁਪਈਆ ਹੁੰਦਾ ਸੀ ਤੋਲੇ ਦਾ ਪੂਰਾ ਚਾਂਦੀ ਦਾ। ਆਪਣੇ ਬਜ਼ੁਰਗ ਸਿੱਖਾਂ ਦੇ ਮੁਸਲਮਾਨਾਂ ਦੀ ਕੋਈ ਐਸੀ ਜਗ੍ਹਾ ਸੀ ਜਿੱਥੇ ਇਕੱਠੇ ਬਹਿੰਦੇ ਸਨ? ਇਕੱਠੇ? ਹਾਂਜੀ ਇਕੱਠੇ ਬਹਿੰਦੇ ਹੁਣ ਸਾਰੀ ਜਗ੍ਹਾ ਤੇ ਹੋ ਜਾਂਦੇ ਹਨ, ਜਦੋਂ ਕੋਈ ਵੀ ਗੱਲ ਹੋ ਰਹੀ ਹੈ ਸ਼ਕੀ ਆਈ ਉਦੋਂ ਮਤਲਬ ਕੋਈ ਕਿਸੇ ਨਾਲ ਐਸਾ ਇਕਤਰਾਫ ਨਹੀਂ ਸੀ, ਇਕੱਠੇ ਹੋ ਜਾਂਦੇ ਹਨ। ਕੋਈ ਮਕਸਦ ਕੋਈ ਉਹਨਾਂ ਨੇ ਸਾਨੂੰ ਅਜ਼ਾਨ ਤੋਂ ਨਹੀਂ ਰੋਕਿਆ, ਉਹਨਾਂ ਨੂੰ ਨਮਾਜ਼ ਤੋਂ ਨਹੀਂ ਰੋਕਿਆ, ਮਸਜਿਦ ਬਣਾਉਣ ਤੋਂ ਨਹੀਂ ਰੋਕਿਆ, ਕੋਈ ਤਕਲੀਫ ਨਹੀਂ ਉਹਨਾਂ ਦੀਨੀ ਕੰਮ ਦੇ ਵਿੱਚ ਸਭ ਦਿੱਤੀ। ਹਾਂ, ਫਿਰ ਵੀ ਇੱਕ ਗੱਲ ਸੀ ਬਈ ਗਾਈ ਦਾ ਜਿਹੜਾ ਨਾ ਜ਼ਬਾ ਕਰਨਾ ਉਹ ਨਹੀਂ, ਬਾਕੀ ਅਸੀਂ ਬੱਕਰੇ ਛੱਤਰੇ ਲੈਂਦੇ ਕਰਦੇ ਖਾਂਦੇ ਗਾਈ ਲੈ। ਅੱਛਾ ਬਜ਼ੁਰਗ, ਦੌਰ ਉਹ ਸਹੀ ਸੀ ਹੋਣ ਵਾਲਾ, ਦੌਰ ਉਹ ਸਹੀ ਸੀ ਹੋਣ ਵਾਲਾ ਜ਼ਮਾਨਾ, ਦੌਰ ਹਾਂਜੀ ਜੇ ਹਕੀਕਤ ਵੇਖੀ ਜਾਏ ਨਾ। ਹਾਂਜੀ ਹਾਂਜੀ, ਇਸਲਾਮੀ ਰੂਹ ਨਾਲ ਤੇ ਹੋਣੇ, ਹਾਂਜੀ ਇਸਲਾਮੀ ਰੂਹ ਨਾਲ ਜੋ ਕਿ ਸਾਡਾ ਇਸਲਾਮ ਦੱਸਦਾ ਹੈ। ਹਾਂਜੀ ਹਾਂਜੀ ਬਿਲਕੁਲ, ਕਿਉਂ ਇਸ ਖਿੱਤੇ ਨੇ ਅਲੈਦਾ ਹੋਇਆ, ਯਾਨੀ ਅੱਲਾ ਪਾਕ ਦੀ ਬਾਤ ਖੁੱਲੇ ਦਿਲ ਕਰੋ। ਹਾਂਜੀ ਹਾਂਜੀ, ਆਜ਼ਾਦੀ ਹੋ ਗਈ, ਕੋਈ ਰੁਕਾਵਟ ਨਾ ਹੋਏ, ਲੇਕਿਨ ਜਿਹੜੀਆਂ ਹੁਣ ਮੰਗਾਈਆਂ ਜਾਂ ਜੋ ਕੁਝ ਹੈ ਜੇ ਉਸ ਵਕਤ ਮਤਲਬ ਜਿਹੜਾ ਸੀ ਨਾ, ਲੋਕ ਇਤਫਾਕ ਨਾ ਰਹਿੰਦੇ ਸਨ, ਗੁਰਬਤ ਹੀ ਗੁਰਬਤ ਸੀ, ਇਤਫਾਕ ਨਾ ਰਹਿੰਦੇ ਸਨ ਲੋਕ, ਇੱਕ ਦੂਜੇ ਦੇ ਹਮਦਰਦ ਸਨ, ਕੋਈ ਕਿਸੇ ਨਾਲ ਵੈਰ ਨਹੀਂ ਸੀ। ਇਹ ਹੁਣ ਜਿਹੜਾ ਵਕਤ ਆ ਗਿਆ, ਹੁਣ ਮੇਰਾ ਹਸਦ ਹੀ ਹਸਦ ਹੈ ਇੱਕ ਦੂਜੇ ਵੱਲ ਵੇਖ ਕੇ, ਤੇ ਦੁੱਖ ਕਰਨੇ ਆ ਜੇ ਭਰਾ ਤੇ ਭਰਾ ਦਾ ਦੁਸ਼ਮਣ ਬਣੇ ਆ ਜਾਵੇ, ਹੁਣ ਵਕਤ ਉਹ ਆ ਗਿਆ ਹੈ। ਬਾਬਾ ਜੀ, ਸ਼ਰਮਾ ਹਜ਼ਾ ਕਿਵੇਂ ਦੀ ਹੁੰਦੀ? ਸ਼ਰਮਾ ਹਜ਼ਾ ਇਸੇ ਤਰ੍ਹਾਂ ਦੀ ਸੀ ਵੀ ਕਿਸੇ ਵੱਲ ਕੋਈ ਵੇਖਦਾ ਨਹੀਂ ਸੀ। ਔਰਤਾਂ ਨੇ ਉਹਨਾਂ ਨੇ ਕੋਨੇ ਇੱਥੋਂ ਤੱਕ ਰੋਂਦੇ ਸਨ, ਉਹਨਾਂ ਨੇ ਕਈ ਮਤਲਬ ਇਹ ਤੇ ਕਿਸੇ ਨੇ ਸ਼ਕਲ ਵੇਖਣੀ ਵੀ ਨਹੀਂ। ਦੂਸਰੇ ਨੰਬਰ 'ਤੇ ਹੈ ਕਿ ਬਾਹਰ ਨਹੀਂ ਸੀ ਜਾਣਾ ਹੁੰਦਾ, ਜੇ ਗਈਆਂ ਵੀ ਨੇ ਤਾਂ ਉਹਨਾਂ ਨੇ ਘੁੰਡ ਕੱਢੇ ਹੋਏ ਨੇ, ਜੇ ਕੋਈ ਆ ਵੀ ਗਿਆ ਵੀ ਅੱਗੋਂ ਸਾਰੇ ਆ ਜਾਂਦੇ ਨੇ, ਉਹਨਾਂ ਨੇ ਚਿਹਰਾ ਨਹੀਂ ਵੇਖਣਾ ਕਿਸੇ ਨੇ, ਉਹਨਾਂ ਆਪਣੇ ਘੁੰਡ ਕੱਢੇ ਹੋਏ ਨੇ ਅਤੇ ਆਪਣਾ ਕੰਮ ਕਰੀ ਗਈਆਂ ਨੇ। ਸ਼ਰਮ ਹਜ਼ਾ ਸੀ, ਹੁਣ ਬੇਹਜਾਈ ਹੈ, ਹੁਣ ਕੁਛ ਨਹੀਂ। ਸਿੱਖਾਂ ਦੀਆਂ ਬੱਚੀਆਂ ਬੀਬੀਆਂ ਵੀ ਇੰਝ ਕਰਦੀਆਂ? ਬਿਲਕੁਲ, ਮੇਰਾ ਮਕਸਦ ਹੀ ਮੈਂ ਤੁਹਾਡੇ ਨਾਲ ਸਿੱਧੀ ਗੱਲ ਕਰਨਾ, ਉਹਨਾਂ ਦੀਆਂ ਬੱਚੀਆਂ ਖਤਰੀਆਂ ਦੀਆਂ ਇੱਥੇ ਉਦੋਂ ਖੇਡਾਂ ਆਉਂਦੀਆਂ, ਅਸੀਂ ਉਹਨੂੰ ਸਾਵਾਂ ਆਉਂਦੇ ਹੁੰਦੇ ਸਾਂ, ਸਾਉਣ ਭਾਦਰ ਦਿਨਾਂ ਦੇ ਵਿੱਚ ਇੱਥੇ ਟਿੱਬੇ ਰੇਤ ਦੇ ਹੁੰਦੇ ਹਨ, ਹੁਣ ਤੇ ਆਬਾਦੀ ਹੋ ਗਈ, ਜੰਗਲ ਬਣ ਗਿਆ, ਟਿੱਬੇ ਹੁੰਦੇ ਹਨ ਰੇਤ ਦੇ, ਤਾਂ ਉਹਨਾਂ ਟਿੱਬਿਆਂ ਦੇ ਉੱਤੇ ਜਾ ਕੇ ਉਹ ਜਵਾਨਾਂ ਕੁੜੀ ਅਸੀਂ ਵੀ ਮਤਲਬ ਉਹਨਾਂ ਦੇ ਵਿੱਚ ਹੀ ਪਿਆ ਖੇਡਣਾ, ਕੋਈ ਕਿਸੇ ਦੇ ਨਾਲ ਨਹੀਂ, ਇੱਕ ਜ਼ਰਾ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਜਿਹੜਾ ਹੁਣ ਵਕਤ ਹੈ। ਹੁਣ ਤੇ ਬਿਲਕੁਲ ਹੀ ਮਤਲਬ ਗੱਲ ਕਿਤੇ ਨਿਕਲ ਗਈ ਹੈ ਨਾ, ਉਹਨਾਂ ਨੇ ਜਵਾਨ ਹੋਏ ਬੱਚੇ ਜਿਹੜੇ ਨੇ, ਬੱਚੀਆਂ ਜਵਾਨ ਇੱਕ ਦੂਜੇ ਨੇ ਪਿਆ ਘੁਲਦੇ ਹੁੰਦੇ ਸੀ, 10-12 ਸਾਲ ਦੇ ਹੋਣੇ। ਹੁਣ ਵਕਤ ਕੁਝ ਹੋਰ ਹੈ, ਉਹ ਵਕਤ ਬੜਾ ਅੱਛਾ ਸੀ ਬਜ਼ੁਰਗ। ਹੁਣ ਤਾਂ ਘਰ ਘਰ ਲੈਟਰੀਨਾਂ ਬਣੀਆਂ, ਤੇ ਉਦੋਂ ਪਿਸ਼ਾਬ ਸ਼ੂਬ ਦਾ ਕੀ ਸਿਸਟਮ? ਬਾਹਰ ਬੀਬੀ ਵੀ ਬਾਹਰ ਦੇ? ਬਾਹਰ, ਸਭ ਬਾਹਰ, ਅਸੀਂ ਆ ਵੀ ਬਾਹਰ ਜਾਂਦੇ।
ਜਿਵੇਂ ਤੁਸੀਂ ਦੱਸਿਆ ਕਿ ਸ਼ਰਮੋ ਹਿਆ ਸੀ, ਇਹਦਾ ਮਤਲਬ ਫਿਰ ਜਿਹੜੇ ਟਾਈਮ ਬੀਬੀਆਂ ਜਾਂਦੀਆਂ ਨੇ ਬੰਦਾ ਨੀ ਕੋਈ ਜਾਂਦਾ ਹੋਣਾ ਬਾਹਰ, ਵੇਖੋ ਨਾ। ਹਾਂਜੀ, ਜੇ ਇਸ ਮਹੱਲੇ ਦੇ ਵਿੱਚ ਬੀਬੀਆਂ ਇੱਥੇ ਬੈਠੀਆਂ ਨੇ ਤੇ ਜੇ ਰਸਿਆ ਨਾ ਵਿੱਚੋਂ ਦੀ ਤੇ ਬੀਬੀਆਂ ਬੈਠੀਆਂ ਨੇ ਉਹਨਾਂ ਨੇ, ਜੇ ਬੰਦਾ ਕੋਈ ਜਾਂਦਾ ਨਾ ਤੇ ਉਹਨੇ ਆਪਣੀ ਸ਼ਰਮ ਹਿਆ ਨਾਲ ਹੀ ਸਿੱਧਾ ਅਗਰ ਨਿਕਲ ਜਾਣਾ ਆਪਣੇ ਮੂੰਹ ਤੇ ਆਣ। ਸਭ ਬਾਹਰ ਵੀ ਜਾਂਦੇ ਨੇ, ਪਰ ਸਭ ਲੋਕੀ ਬਾਹਰ ਹੀ। ਹਾਂਜੀ ਹਾਂਜੀ, ਕੋਈ ਲੜ ਰਹੇ ਨੇ, ਕੋਈ ਗੱਲਬਾਤ ਨਹੀਂ ਬਾਹਰ ਹੀ। ਚਲੋ ਬਜ਼ੁਰਗੋ, ਬੜੀ ਮਿਹਰਬਾਨੀ ਤੁਹਾਡੀ, ਤੁਹਾਨੂੰ ਰੋਜ਼ ਦੇਣਾ ਪਾਇਆ। ਅਕਰਮ ਸਾਹਿਬ ਦੀ ਇਜਾਜ਼ਤ ਰੱਖਾ ਜੀ।